ਪੰਜ ਦਰਿਆ ਦੇ ਇਸ ਲਾਈਵ ਸੈਸ਼ਨ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਅਕਸਰ ਅਸੀਂ ਤੁਹਾਡੇ ਨਾਲ ਨਵੀਆਂ ਨਵੀਆਂ ਸ਼ਖਸੀਅਤਾਂ ਅਤੇ ਬਹੁਤ ਹੀ ਜਿਹੜੇ ਆਪੋ ਆਪਣੇ ਖੇਤਰ ਦੇ ਵਿੱਚ ਮੱਲਾਂ ਮਾਰਨ ਵਾਲੇ ਸ਼ਖਸ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ ਤਾਂ ਕਿ ਅਸੀਂ ਉਹਨਾਂ ਤੋਂ ਕੁਝ ਸਿੱਖ ਸਕੀਏ। ਅੱਜ ਸਾਡੇ ਨਾਲ ਸੰਗੀਤਕ ਖੇਤਰ ਦੇ ਨਾਲ ਜੁੜੇ ਹੋਏ ਸੱਜਣ ਅਤੇ ਉਸਤਾਦ ਲੋਕ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਅਤੇ ਨਾਲ ਹੀ ਵੀਡੀਓ ਡਾਇਰੈਕਸ਼ਨ ਦੇ ਖੇਤਰ ਦੇ ਵਿੱਚ ਜਾਂ ਕਲਾ ਖੇਤਰ ਦੇ ਨਾਲ ਜੁੜੇ ਹੋਏ ਅਮਨਜੋਤ ਸਿੰਘ ਜੀ ਸਾਡੇ ਨਾਲ ਹਾਜ਼ਰ ਨੇ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਸਾਡੀ ਇਸ ਗੱਲਬਾਤ ਦੇ ਵਿੱਚ ਸਵਾਗਤ ਕਰੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਅਕਸਰ ਹੀ ਅਸੀਂ ਜਦੋਂ ਸੰਗੀਤ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ, ਮਰਦਾਨਾ ਜੀ ਅਤੇ ਭਾਈ ਬਾਲਾ ਜੀ ਉਹਨਾਂ ਦੀ ਜਿਹੜੀ ਸਾਡੇ ਨਾਲ ਸਾਡੇ ਜ਼ਿਹਨ ਦੇ ਵਿੱਚ ਗੱਲ ਆਉਂਦੀ ਹੈ ਅਤੇ ਰਬਾਬ ਦੀ ਗੱਲ ਤੁਰਦੀ ਹੈ। ਜਿਉਂ ਹੀ ਅਸੀਂ ਰਬਾਬ ਬਾਰੇ ਸੋਚਦੇ ਹਾਂ ਤਾਂ ਸਾਡੇ ਮਨ ਮਸਤਕ ਦੇ ਵਿੱਚ ਇੱਕ ਟੁਣਕਾਰ ਪੈਦਾ ਹੁੰਦੀ ਹੈ। ਅੱਜ ਸਾਡੇ ਨਾਲ ਬੈਠੇ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਉਹ ਰਬਾਬ ਦੀਆਂ ਧੁਨਾਂ ਨਾਲ ਇੱਕਮਿੱਕ ਹੋਏ ਸੱਜਣ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਇਸ ਸਫ਼ਰ ਨੂੰ ਅੱਗੇ ਤੋਰਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ, ਰਬਾਬ ਨਾਲ ਤੁਹਾਡੀ ਸੰਗਤ, ਤੁਹਾਡਾ ਸਾਥ ਕਿਵੇਂ ਬਣਿਆ? ਮੈਂ ਸਿੱਖ ਬਣਿਆ ਜਦੋਂ ਭਾਈ ਛੋਏ, ਹਾਂਜੀ, ਇਨਹੈਰਿਟ ਨਹੀਂ ਕੀਤੀ ਸਿੱਖੀ ਅਤੇ ਜਦੋਂ ਇਸ ਸਫ਼ਰ ਸ਼ੁਰੂ ਹੋਇਆ ਉਦੋਂ ਇਹ ਜਾਣਨਾ ਵੀ ਜ਼ਰੂਰੀ ਸੀ ਵੀ ਗੁਰੂ ਨਾਨਕ ਸਾਹਿਬ ਕੀ ਕਰਦੇ ਸੀ, ਕਿੱਦਾਂ ਕਰਦੇ ਸੀ ਅਤੇ ਕਿਉਂ ਕਰਦੇ ਸੀ। ਹਾਂਜੀ, ਸੇ ਜਦੋਂ ਕਿੱਦਾਂ ਕਰਦੇ ਸੀ, ਜੋ ਵੀ ਉਹ ਪੜ੍ਹਾਉਂਦੇ ਸੀ, ਜਿਹੜਾ ਵੀ ਉਹਨਾਂ ਦਾ ਪ੍ਰੋਗਰਾਮ ਸੀਗਾ, ਜਿਹਦੇ ਨਾਲ ਉਹ ਜਿੱਦਾਂ ਕਹਿੰਦੇ ਤਕਦੀਰ ਲਿਖਣ ਵਾਲਾ ਜਿਹੜਾ ਪੈੱਨ ਸੀ ਉਹਨਾਂ ਦਾ, ਰਬਾਬ ਹੀ ਸੀ। ਹਾਂਜੀ, ਸੋ ਗੁਰੂ ਨਾਨਕ ਸਾਹਿਬ ਦੀ ਇੰਜੀਨੀਅਰਿੰਗ ਹੈ ਰਬਾਬ, ਜਿਹੜਾ ਸਿੱਖਾਂ ਨੂੰ ਸਭ ਤੋਂ ਪਹਿਲਾਂ ਇੱਕ ਤਰ੍ਹਾਂ ਗੁਰਪ੍ਰਸਾਦ ਕਹਿ ਲਈਏ, ਸਭ ਤੋਂ ਪਹਿਲਾਂ ਜਿਹੜੀ ਸਿੱਖਾਂ ਦੇ ਹੱਥਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਚੀਜ਼ ਦਿੱਤੀ ਸੀ, ਸਭ ਤੋਂ ਪਹਿਲਾਂ ਗਿਫਟ ਸੀ ਰਬਾਬ ਸੀ ਸੁਲਤਾਨਪੁਰ ਦੀ ਧਰਤੀ 'ਤੇ। 1500 AD ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਸਟਰਕਚਰ, ਇੱਕ ਨਵਾਂ ਪ੍ਰੋਗਰਾਮ, ਇੱਕ ਨਵੀਂ ਪਰੰਪਰਾ, ਬੇਬੇ ਨਾਨਕੀ ਜੀ ਨੇ ਉਹਨੂੰ ਫਾਈਨੈਂਸ਼ੀਅਲ ਏਡ ਦਿੱਤੀ, ਬਾਬਾ ਫਰੰਦਾ ਜੀ ਨੇ ਉਹਨੂੰ ਘੜਿਆ, ਬਾਬਾ ਮਰਦਾਨਾ ਜੀ ਨੇ ਉਹਨੂੰ ਪਹੁੰਚਾਇਆ, ਪਰ ਗੁਰੂ ਨਾਨਕ ਸਾਹਿਬ ਦਾ ਉਹ ਜਿਹੜਾ ਕੌਨਸੈਪਟ ਸੀ ਪੁਰਾਣੀਆਂ ਫਿਰਤਾਂ ਨੂੰ ਤੋੜ ਕੇ ਇੱਕ ਨਵੀਂ ਜੁਗਤ ਦੇਣ ਦਾ, ਜਿਹੜਾ ਅਕਸਰ ਹੀ ਕਿਹਾ ਜਾਂਦਾ ਕਿ ਜਿਹੜੀਆਂ ਰਬਾਬ ਦੀਆਂ ਕਿਸਮਾਂ ਬਹੁਤ ਹੈ ਜੀ, ਅਤੇ ਉਹ ਕਿਹੜੀ ਕਿਸਮਾਂ ਜਿਹੜੀ ਸਾਡੇ ਕੋਲ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ? ਜਿੱਦਾਂ ਜਿਹੜੇ ਉਸ ਟਾਈਮ ਦੀ ਆਪਾਂ ਗੱਲ ਕਰਦੇ ਹਾਂ ਤਾਂ ਧਰੁਪਦੀ ਰਬਾਬ ਜਿਹਨੂੰ ਕਹਿੰਦੇ ਆ ਇੰਡੀਆ ਦੀ ਕਲਾਸੀਕਲ ਦੀ ਜਿਹੜੀ ਰਬਾਬ, 40 ਹੋਰ ਕਿਸਮਾਂ ਦੀਆਂ ਰਬਾਬ, ਜਿੱਦਾਂ ਅਫਗਾਨੀ ਰਬਾਬ ਸੁਲਤਾਨਪੁਰ ਤੋਂ ਕਾਬੁਲ ਤੋਂ ਜਿਹੜੀ ਦੁਨੀਆਂ ਆਉਂਦੀ ਸੀ ਸਿੱਧੀ ਸੁਲਤਾਨਪੁਰ ਹੀ ਆਉਂਦੀ ਸੀ, ਲੋਧੀ ਉੱਥੇ ਉਹਦਾ ਕੰਟਰੋਲ ਸੀ। ਸੋ ਬਹੁਤ ਸਾਰਾ ਜਿਹੜਾ ਇਰਾਨੀ, ਪਰਸ਼ੀਅਨ ਜਿਹੜਾ ਜਾਂ ਅਫਗਾਨਿਸਤਾਨੀ, ਇਹ ਜਿਹੜਾ ਟ੍ਰੈਫਿਕ ਉੱਥੇ ਸੀ ਉਹਦੇ ਨਾਲ ਉਹਦਾ ਕਲਚਰ ਮਿਊਜ਼ਿਕ ਵੀ ਆਉਂਦਾ ਸੀ। ਸੋ ਅਫਗਾਨ ਦੀ ਰਬਾਬ ਵੀ ਸੀ, ਕਸ਼ਮੀਰ ਦੀ ਰਬਾਬ ਵੀ ਸੀ, ਸੈਣੀ ਰਬਾਬ ਵੀ ਸੀ। ਮੈਨੂੰ ਚੇਤਾ ਪ੍ਰਿੰਸੀਪਲ ਸਤਬੀਰ ਸਿੰਘ ਹੋਰੀ ਵੀ ਲਿਖਦੇ, ਗੁਰੂ ਨਾਨਕ ਜੀ ਨੂੰ ਜਦੋਂ ਬਾਬਾ ਮਰਦਾਨਾ ਜੀ ਮਿਲੇ ਉਦੋਂ ਉਹਨਾਂ ਕੋਲ ਇੱਕ ਰਬਾਬ ਸੀ, ਉਹ ਬਹੁਤ ਸੋਹਣੀ ਰਬਾਬ ਵਜਾਉਂਦੇ ਸੀ। ਫਿਰ ਜਦੋਂ ਬਾਬਾ ਮਰਦਾਨਾ ਜੀ ਤਲਵੰਡੀ ਤੋਂ ਸੁਲਤਾਨਪੁਰ ਸਾਹਿਬ ਆਏ ਮਿਲਣ ਗੁਰੂ ਨਾਨਕ ਸਾਹਿਬ ਨੂੰ, ਉਦੋਂ ਵੀ ਇੱਕ ਨਵੀਂ ਰਬਾਬ ਬਣਵਾ ਕੇ ਲਿਆਏ ਕਿ ਹੁਣ ਮੈਂ ਉੱਥੇ ਜਾਣਾ, ਇੱਕ ਨਵਾਂ ਸਾਜ ਬਣਾਉਂਦਾ ਰੂਪ, ਉਹੀ ਰਬਾਬ ਪਰ ਜਿਹੜੀ ਵਜਾਉਂਦੇ ਸੀ, ਠੀਕ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਮਰਦਾਨਾ ਜੀ ਨੂੰ ਉੱਥੋਂ ਭੇਜਿਆ, ਭਰੋਵਾਲਾ ਪਿੰਡ ਲੱਗ ਗਈ ਹੈ ਸੁਲਤਾਨਪੁਰ ਦੇ, ਵੀ ਉੱਥੇ ਇੱਕ ਬਾਬਾ ਫਰੰਦਾ ਹੈ, ਭਾਈ ਫੇਰੂ ਉਹਨਾਂ ਦਾ ਨਾਂ, ਉਹਦੇ ਕੋਲੋਂ ਜਾ ਕੇ ਇੱਕ ਰਬਾਬ ਲੈ ਕੇ ਆਇਆ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਡਿਜ਼ਾਇਨ ਸੀ, ਕਹਿੰਦੇ ਜਨਮ ਸਾਖੀਆਂ ਵੀ ਕਹਿੰਦੀਆਂ ਵੀ ਜਦੋਂ ਬਾਬਾ ਮਰਦਾਨਾ ਜੀ ਨੇ ਲੱਭਿਆ ਫੇਰੂ ਜੀ ਨੂੰ ਤਾਂ ਉਹਨਾਂ ਨਾਂ ਕਰਦੀ, ਕਹਿੰਦੇ ਵੀ ਰਬਾਬ ਇਹ ਨਾਨਕ ਦੀ ਰਬਾਬ, ਇਹ ਤਾਂ ਤੈਨੂੰ ਨਹੀਂ ਦੇ ਸਕਦਾ, ਕਹਿੰਦੇ ਮੈਨੂੰ ਉਹਨਾਂ ਨੇ ਭੇਜਿਆ, ਕਹਿੰਦੇ ਚਲੋ ਭੇਜਿਆ ਤਾਂ ਮੈਂ ਲੈ ਚੱਲਦਾ, ਉਹਨਾਂ ਨੂੰ ਹੀ ਦਊਂਗਾ। ਉਹ ਰਬਾਬ ਦੀ ਜਿਹੜਾ ਡਿਜ਼ਾਇਨ ਸੀ, ਜਦੋਂ ਕੋਈ ਗੱਲ ਸੋਚਣ ਵਾਲੀ ਹੈ, ਜਦੋਂ ਪਹਿਲਾਂ ਹੀ ਐਗਜ਼ਿਸਟ ਕਰਦੀ ਹੈ ਅਫਗਾਨ ਦੀ ਰਬਾਬ, ਜਦੋਂ ਪਹਿਲਾਂ ਹੀ ਕਰਦੀ ਹੈ ਧਰੁਪਦ ਦੀ ਰਬਾਬ, ਸੈਣੀ ਰਬਾਬ, ਕਸ਼ਮੀਰੀ ਰਬਾਬ, ਇੰਨੀਆਂ ਰਬਾਬਾਂ ਪਹਿਲਾਂ ਐਗਜ਼ਿਸਟ ਕਰਦੀਆਂ, ਫਿਰ ਗੁਰੂ ਨਾਨਕ ਜੀ ਨੇ ਕਿਆ ਨਵਾਂ ਕੀਤਾ ਹੋਏਗਾ, ਸੋਚਣ ਵਾਲੀ ਗੱਲ। ਸੋ ਉਹ ਜਿਹੜਾ ਨਵਾਂ ਕੀਤਾ ਸੀ ਇਹ 6-5 ਤਾਰ ਦੀ ਰਬਾਬ, ਪਹਿਲਾਂ 6 ਹੁੰਦੀ, ਹਾਂਜੀ, ਫਿਰ ਉਹਦਾ ਆਕਾਰ ਥੋੜ੍ਹਾ ਛੋਟਾ ਹੋਇਆ। 1500 'ਚ ਜਿਹੜੀ ਰਬਾਬ ਸਿੱਖਾਂ ਦੇ ਮੋਢਿਆਂ 'ਤੇ ਆਈ, ਉਹ ਗੁਰੂ ਨਾਨਕ ਜੀ ਦੀਆਂ ਉਦਾਸੀਆਂ ਦੇ ਨਾਲ ਉਹਨਾਂ ਦਾ ਪਰਛਾਵਾਂ ਬਣ ਕੇ ਉਤਰਦੀ ਗਈ। ਉੱਦਾਂ ਹੀ ਉਹਨਾਂ ਨੇ ਮਲਕ ਭਾਗੋ ਦੀ ਸੁਰਤ 'ਚ ਫੇਰ ਬਦਲ ਕੀਤਾ ਇਸ ਟੂਲ ਦੇ ਨਾਲ, ਇੱਕ ਨਵੀਂ ਜ਼ਿੰਦਗੀ ਸਿਰਜੀ।
ਸੋ ਮੈਂ ਵੀ ਇਸੇ ਤਰ੍ਹਾਂ ਹੀ ਰਬਾਬ ਨਾਲ ਰੂਬਰੂ ਹੋਇਆ, ਮੈਂ ਦੇਖਿਆ ਵੀ ਕਿਹੜੇ ਟੂਲ ਵਰਤੇ ਗੁਰੂ ਨਾਨਕ ਸਾਹਿਬ ਨੇ, ਕਿਹੜੀ ਟੈਕਨੀਕ ਵਰਤੀ, ਹਾਂਜੀ ਕਿਹੜਾ ਕਿਹੜਾ ਤੰਤਰ ਵਰਤਿਆ ਤੇ ਕਾਹਤੋਂ ਵਰਤਿਆ। ਜਿਹੜਾ ਅਸਲ ਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਰਬਾਬ ਆ ਉਹ ਵੀਨਾ ਪਰਿਵਾਰ ਚੋਂ ਆ। ਅਫਕੋਰਸ ਮੀਨ ਆਪਣੇ ਯੂ ਨੋ ਇੰਡੀਆ ਦੇ ਵਿੱਚ ਜਦੋਂ ਪੁਰਾਣੇ ਸਾਜਾਂ ਦੀ ਅਸੀਂ ਗੱਲ ਕਰਦੇ ਉਦੋਂ ਜਾਂ ਤਾਂ ਸਰੰਗੀ ਹੈ ਅਤੇ ਜਾਂ ਵੀਨਾ। ਸੋ ਉਹ ਜਿਹੜਾ ਫਰੈਟਿਡ ਐਂਡ ਜਿਹੜਾ ਸਲਾਈਡ ਕਰਦੇ ਫਿੰਗਰ ਨੂੰ ਅਸੀਂ ਔਨ ਦ ਟੋਪ ਆਫ ਦ ਫਰੈਟ ਉਹਨੂੰ ਕਹਿੰਦੇ, ਜਿੱਦਾਂ ਰਬਾਬ ਅਤੇ ਵੀਣਾ ਦਾ ਸਟਰਕਚਰ ਹੈ। ਪਰ ਰਬਾਬ ਅਸਲ 'ਚ ਜਿਹੜਾ ਪਰਸ਼ੀਅਨ ਇੰਸਟਰੂਮੈਂਟ, ਠੀਕ ਹੈ, ਅਸਲ ਵੀਣਾ ਅਤੇ ਜਿਹੜਾ ਰਬਾਬ ਆ ਉਹਦੀ ਵਜਾਉਣ ਦੀ ਜਿਹੜੀ ਮੁਹਾਰਤ ਆ ਉਹ 'ਚ ਕਿੰਨਾ ਕੁ ਫਰਕ ਰਹਿ ਜਾਂਦਾ? ਬਹੁਤ ਫਰਕ। ਦੇਖੋ ਜਿਹੜਾ ਵੀਣਾ ਦੇ ਜਿਹੜਾ ਸਟਰਕਚਰ ਹੈ ਉਹਨੂੰ ਉਹਦੇ ਉੱਤੇ ਫਰੈਟ ਲੱਗੇ ਹੈ, ਰਬਾਬ 'ਤੇ ਕੋਈ ਫਰੈਟ ਨਹੀਂ ਹੈਗਾ। ਹਾਂਜੀ, ਸੋ ਬਲਾਈਂਡ ਇੰਸਟਰੂਮੈਂਟ ਹੈ, ਉਹਦੇ 'ਚ ਤੁਹਾਨੂੰ ਸੁਰਤ ਨੂੰ ਘੜਨਾ ਪੈਂਦਾ। ਯਾਨੀ ਕਿ ਤੁੰਬੀ ਦੀ, ਤੁੰਬੀ ਛੋਟਾ ਸਾਈਜ਼ ਆ ਗਿਆ ਉਹਦਾ। ਤੁੰਬੀ ਤੇ ਤੁੰਬੀ ਇਜ਼ ਇੱਕ ਫੋਕਲੋਰ, ਯੂ ਨੋ, ਇੱਕ ਤੁਸੀਂ ਡੰਡੇ 'ਤੇ ਤਾਰ ਬੰਨੀ ਹੈ ਐਂਡ ਉਹਦੇ 'ਤੇ ਤੁਸੀਂ ਕੁਛ ਕਰਦੇ ਹੈ, ਦੋ ਤਿੰਨ। ਇੱਥੇ 22 ਇਮੋਸ਼ਨਲ ਐਟਰੀਬਿਊਟਸ ਜਿਹੜੇ ਇੱਕ ਸੁਰ ਨੂੰ ਤੁਸੀਂ ਇਮੋਸ਼ਨਲੀ ਇੰਡਿਊਸ ਕਿੱਦਾਂ ਕਰਨਾ, ਉਹ ਕਪੈਸਿਟੀ ਹੋਣੀ ਚਾਹੀਦੀ। ਬਹੁਤ ਜਿਹੜੀ ਸਟਰਿੰਗ ਥਿਊਰੀ ਜਿਹੜੀ ਤੁਸੀਂ ਇੰਜੀਨੀਅਰਿੰਗ ਕਰਦੇ ਹਾਂ ਤਾਂ ਕੁਆਂਟਮ ਫਿਜ਼ਿਕਸ ਐਂਡ ਸਟਰਿੰਗ ਥਿਊਰੀ ਆਉਂਦੀ ਹੈ, ਇਹ ਇੰਸਟਰੂਮੈਂਟ ਜਿਹੜਾ ਰਬਾਬ ਸਟਰਿੰਗ ਥਿਊਰੀ ਬੇਸਡ ਹੈ। ਕਹਿੰਦੇ ਰਾਵਣ ਬਹੁਤ ਵੱਡਾ ਗਿਆਤਾ ਸੀ, ਬਹੁਤ ਵੱਡਾ ਵਿਦਵਾਨ ਸੀ, ਸਾਇੰਟਿਸਟ ਸੀ, ਉਹਨੇ ਇੱਕ ਇੰਸਟਰੂਮੈਂਟ ਬਣਾਇਆ ਸੀ ਸਰੰਗੀ। ਰਾਵਣ ਹੱਥਾਂ ਵੀ ਕਹਿੰਦੇ ਸੀ 5000 BC ਦਾ ਇੰਸਟਰੂਮੈਂਟ ਹੈ, ਉਹ ਸ਼ਿਵ ਸਤੋਤਰ 'ਚ ਉਹ ਲਿਖਦਾ ਕਿ ਉਹਨੇ ਸਰੰਗੀ ਬਣਾਈ। ਉਸ ਆ ਜਿਹੜਾ ਬਲਾਈਂਡ ਇੰਸਟਰੂਮੈਂਟ, ਹਾਂਜੀ, ਉਹਦੇ 'ਚ ਤੁਹਾਨੂੰ ਉਹ ਸੁਰਤ ਨਾਲ ਵਜਾਉਣਾ ਪੈਂਦਾ। ਜਿਹੜਾ ਵੀਣਾ 'ਚ ਉੱਥੇ ਫਰੈਟ ਲੱਗੇ ਹੋਏ ਉਹ ਇੰਨਾ ਮੁਸ਼ਕਲ ਨਹੀਂ ਹੈਗਾ, ਹਾਂਜੀ। ਪਰ ਇਹ ਰਬਾਬ ਨੂੰ ਸੁਰਤ ਘੜਨ ਲਈ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਸਟਰਕਚਰ ਦਿੱਤਾ। ਪਹਿਲਾਂ ਆਪਣੀ ਸੁਰਤੀ ਕਾਗਰ ਕਰਨੀ ਪੈਂਦੀ ਹੈ। ਦੇਖੋ ਜੇ ਬੰਦੇ ਨੂੰ ਸੋਚ ਹੀ ਨਹੀਂ ਬੰਦੇ ਦੇ ਕਾਬੂ 'ਚ ਤੇ ਕਰੇਗਾ ਕੀ? ਸੋ ਸੋਚ ਸੁਰਤ ਨੂੰ ਹੀ ਘੜਨ ਲਈ ਸਤਿਗੁਰੂ ਨੇ ਕਿ ਸੁਰਤ ਘੜੇਗਾ ਫਿਰ ਹੀ ਮਨ ਘੜ ਹੋਏਗਾ, ਮਨ ਘੜੇਗਾ ਫਿਰ ਹੀ ਬੁੱਧ ਘੜ ਹੋਏਗੀ, ਸੁੱਧ ਬਣੇਗੀ, ਫਿਰ ਹੀ ਸਰੀਰ ਕੋਈ ਨਵਾਂ ਐਕਸ਼ਨ ਲੈ। ਪ੍ਰੋਫੈਸਰ ਸਾਹਿਬ, ਤੁਸੀਂ ਇੱਕ ਸੰਗੀਤ ਦੇ ਅਧਿਆਪਕ ਹੋ, ਇਸ ਸਫ਼ਰ ਤੱਕ ਹੁਣ ਤੱਕ ਤੁਸੀਂ ਕਿੰਨੇ ਕੁ ਵਿਦਿਆਰਥੀ ਸਿੱਖਿਆਰਥੀ ਪੈਦਾ ਕਰ ਚੁੱਕੇ ਹੋ, ਅਤੇ ਜਿਹੜਾ ਇਹ ਸਫ਼ਰ ਤੁਸੀਂ ਆਪਣਾ ਸ਼ੁਰੂ ਕੀਤਾ ਸੀ ਸੰਗੀਤ ਨਾਲ ਜੁੜਨ ਦਾ, ਉਹ ਕਦੋਂ ਤੋਂ ਅਤੇ ਕਿੰਨੀ ਕੁ ਉਮਰ 'ਚ ਸ਼ੁਰੂ ਹੋਇਆ? 9 ਸਾਲ ਦਾ ਸੀ ਜਦੋਂ ਸ਼ੁਰੂ ਹੋਇਆ, ਘਰੇ ਬੇਬੇ ਪਾਠ ਕਰਦੀ ਸੀ ਦਾਦੀ ਮੇਰੀ, ਅਤੇ ਮੈਂ ਵੀ, ਮੈਨੂੰ ਵੀ ਹਿੰਦੀ ਥੋੜ੍ਹੀ ਬਹੁਤੀ ਮੂੰਹ ਮਾਰ ਲੈਂਦਾ ਸੀ। ਮੈਂ ਇਲਾਹਾਬਾਦ ਤੋਂ ਮਾਈਗ੍ਰੇਟ ਹੋਇਆ, ਤੋ ਰੋਕਿਆ ਇੱਥੇ ਆਣ ਕੇ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਤੇ ਹੋਰੀਆ, ਮੈਨੂੰ ਉਹਦਾ ਸਮਝ ਲੱਗਦਾ ਸੀ ਕੀ ਹੈ ਬ੍ਰਜ ਜਿਹੜੀ ਹੈਗੀ ਹੈ। ਪਰ ਮੈਂ ਕਿਹਾ ਦਾਦੀ ਵੀ ਆਸਾ ਦਾ ਮਤਲਬ ਕੀ? ਇੱਥੋਂ ਮੇਰਾ ਸਫ਼ਰ ਸ਼ੁਰੂ ਹੋ ਗਿਆ। ਠੀਕ ਹੈ, ਉੱਥੋਂ ਹੀ ਮੈਂ ਆਪਣੇ ਟੀਚਰ ਨਾਲ ਮਿਲਾਇਆ, ਮੇਰੀ ਦਾਦੀ ਨੇ ਵੀ ਇਹਦਾ ਮਤਲਬ ਸਮਝ। ਇਹ ਮਿਊਜ਼ੀਕਲ ਮੋਡ ਨਹੀਂ ਹੈ, ਮਿਊਜ਼ਿਕ ਦਾ ਇਹ ਕਨਫਿਗਰੇਸ਼ਨ ਨਹੀਂ। ਸੋ ਜਦੋਂ 9-10 ਸਾਲ ਦਾ ਸੀ ਮੈਂ, 9-9.5 ਸਾਲ ਦਾ, ਉਦੋਂ ਮੇਰਾ ਸਫ਼ਰ ਜਿਹੜਾ ਵੀ ਆਸਾ ਦਾ ਮਤਲਬ ਕੀ ਹੈ ਮੇਰੀ ਜ਼ਿੰਦਗੀ 'ਚ, ਮੈਂ ਕਾਹਨੂੰ ਲਾਗੂ ਕਰਨਾ, ਹਾਂਜੀ, ਇਵੇਂ ਸ਼ੁਰੂ ਹੋਇਆ। ਹਾਂਜੀ, ਸੋ ਮਿਲਦਾ ਗਿਆ ਸਫ਼ਰ ਦੇ ਵਿੱਚ, ਇਹਦੇ ਨਾਲ ਸ਼ੇਅਰ ਕਰ, ਉਹਦੇ ਨਾਲ ਸ਼ੇਅਰ ਕਰ। ਪਰ ਮੈਨੂੰ ਹਮੇਸ਼ਾ ਹੀ ਇੱਕ ਗੱਲ ਬੜੀ ਮੇਰੇ ਮਨ 'ਚ ਸੀ ਵਾਹਿਗੁਰੂ ਦਾਸ ਜੀ ਦੀ, ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ੈਲੀ ਨੂੰ ਡਿਫਾਈਨ ਕਰਦੇ, ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇੱਕ ਨਾਨਕ ਜੀ ਦਾ ਅੱਖਰ ਹੈ ਨਵਾਂ ਦਿੱਤਾ, ਕੀਰਤਨ ਇੱਕ ਪ੍ਰੋਗਰਾਮ ਹੈ, ਉਹ ਬੰਦੇ ਦੀ ਰੂਹ ਦੇ ਵਿੱਚ, ਬੰਦੇ ਦੇ ਸਰੀਰ ਦੇ ਵਿੱਚ, ਤਾਂ ਬੰਦੇ ਦੇ ਘਰ 'ਚ, ਤਾਂ ਬੰਦੇ ਦੇ ਮੁਲਕ ਦੇ ਵਿੱਚ, ਉਹ ਹਰੇਕ ਬੰਦੇ ਦੇ ਜ਼ਹਿਨ ਦੇ ਵਿੱਚ ਉਹ ਪ੍ਰੋਗਰਾਮ ਬਚਣਾ ਸ਼ੁਰੂ ਹੋ ਗਿਆ। ਕੀਰਤਨ ਘਰ ਘਰ ਅੰਦਰ ਧਰਮਸਾਲ, ਹਰ ਇੱਕ ਸਰੀਰ ਸੁਰਤ ਗੁਰਦੁਆਰਾ ਬਣ ਗਈ, ਗੁਰੂ ਦੁਆਰਾ ਟ੍ਰਾਂਸਫੋਰਮੇਸ਼ਨ ਹੋਣੀ ਸ਼ੁਰੂ ਹੋ ਗਈ। ਅਤੇ ਮੈਨੂੰ ਇਹ ਹਮੇਸ਼ਾ ਹੀ ਸੀ ਕਿ ਜਿਹੜੀ ਵਿੱਦਿਆ ਹੈ ਨਾ, ਉਹ ਅਸਲੀ ਪਰਪ ਕਰਦੇ ਹੈ ਕਿ ਉਹਨੂੰ ਵਿਚਾਰਨਾ, ਅਤੇ ਵਿਚਾਰਨ ਲਈ ਤੁਹਾਨੂੰ ਰਿਫਲੈਕਟਿਵ ਜਿਹੜੇ ਸਿਸਟਮ ਚਾਹੀਦਾ। ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ, ਅਸੀਂ ਸਿੱਖ ਹਾਂ, ਸਾਡਾ ਧਰਮ ਹੀ ਐਜੂਕੇਸ਼ਨ ਹੈ, ਸਿੱਖਣਾ ਹੀ ਹੈ। ਹਾਂਜੀ, ਸੋ ਬਾਅਦ 30,000 people ਨਾਓ ਵੀ ਹੈਵ ਸਿੰਸ 94 ਜਦੋਂ ਦੇ ਯੂਰਪ ਦੀ ਸੈਟ ਸੈਟ, ਉਹਦੇ ਵਿੱਚ ਅਲੱਗ ਅਲੱਗ ਮੁਲਕਾਂ ਦੇ ਜਿਹੜੇ ਲੋਕ ਆ ਉਹ ਆ, ਅਤੇ ਜੇ ਆਪਾਂ ਕਹੀਏ ਸਿੱਖੇ ਜਿਮ ਨਾਲ ਜਾਂ ਸਾਡੇ ਆਪਣੇ ਭਾਈਚਾਰੇ ਨੇ ਜਿਹਨੂੰ ਆਪਾਂ ਕਰੀਏ, ਉਹ ਕਿੰਨੇ ਕੁ ਲੋਕ ਆ ਜਿਹੜੇ ਰਬਾਬ ਸਿੱਖ? ਦੇਖੋ, ਰਸ਼ੀਆ ਤੋਂ ਲੈ ਕੇ ਕੈਲੀਫੋਰਨੀਆ ਤੱਕ, ਹਾਂਜੀ, 30,000 ਬੰਦੇ 'ਚੋਂ 300 ਪੰਜਾਬੀ ਹੋਣਾ। ਠੀਕ ਹੈ, ਦੇਖੋ ਇਹ ਪੰਜਾਬੀ ਅਤੇ ਹਿੰਦੂ ਅਤੇ ਮੁਸਲਮਾਨ ਦੀ ਗੱਲ ਨਹੀਂ ਹੈ, ਉਹ ਨਹੀਂ ਹੈ ਜੀ, ਗੱਲ ਤਾਂ ਸਿੰਪਲ ਦੀ ਹੈ। ਗੱਲ ਤਾਂ ਹੈ ਕਿ
ਦੁੱਖ ਹੈ ਹਾਂਜੀ ਉਹਨੂੰ ਸੁੱਖ ਕਿੱਦਾਂ ਬਣਾਉਣਾ ਗੱਲ ਹੀ ਨਹੀਂ ਤੇ ਹੁਣ ਇੱਥੇ ਰੰਗ ਕਿਹੜਾ ਹੈ ਕਾਸਟ ਕਿਹੜੀ ਹੈ ਜੈਂਡਰ ਕਿਹੜਾ ਇਹ ਕਾਊਂਟ ਨਹੀਂ ਕਰਦਾ ਸੋ 3000 ਸਟੂਡੈਂਟ ਹੈ ਸਾਡੇ ਹੁਣ ਇੰਸਟੀਟਿਊਸ਼ਨ ਦਾ ਆਪਣਾ 3000 ਮਤਲਬ ਜਿਹੜਾ ਟ੍ਰੇਨਡ ਟੀਚਰ ਸਰਟੀਫਾਈਡ ਹੈ ਜਿਹੜਾ ਆਪਣੇ ਆਪਣੇ ਖਿੱਤਿਆਂ 'ਚ ਕੰਮ ਕਰ ਰਿਹਾ ਪਰ ਅਰਾਊਂਡ 30,000 ਬੰਦਾ ਜਿਹੜਾ ਅਸੀਂ ਉਹ ਉਹਨੂੰ ਸਿਸਟਮ 'ਚੋਂ ਕੱਢ ਚੁੱਕੇ ਹਾਂ ਪ੍ਰੋਫੈਸਰ ਸਾਹਿਬ ਕਦੇ ਕਦੇ ਜਿਹਨ 'ਚ ਸਵਾਲ ਆਉਂਦਾ ਹੋ ਸਕਦਾ ਕਿਸੇ ਹੋਰ ਦੇ ਵੀ ਆਉਂਦਾ ਹੋਵੇ ਪਰ ਮੇਰੇ ਇਹ ਆਉਂਦਾ ਕਿ ਰਬਾਬ ਇੱਕ ਬਹੁਤ ਹੀ ਚਲੋ ਕਿ ਵੱਡੀ ਗੱਲਬਾਤ ਹੈ ਵੀ ਸੰਗੀਤ ਦੇ ਖੇਤਰ ਦੇ ਵਿੱਚ ਸਿੱਖਣਾ ਅਤੇ ਉਹ ਸਿੱਖਣ ਲਈ ਜਿਹੜਾ ਡਰ ਦਿਮਾਗ ਦੇ ਵਿੱਚ ਬਣਿਆ ਵੀ ਉਹ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਸਾਜ਼ ਹੈ ਅਤੇ ਕਿਤੇ ਇਹ ਤਾਂ ਨਹੀਂ ਕਿ ਜ਼ਿਆਦਾ ਜਿਹੜੇ ਸਿੱਖਿਆਰਥੀ ਪੈਦਾ ਨਹੀਂ ਹੋ ਰਹੇ ਇਹ ਡਰ ਤਾਂ ਨਹੀਂ ਇੱਦਾਂ ਦੀ ਗੱਲ ਕੀ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਕਿ ਰਬਾਬ ਜ਼ਿਆਦਾ ਫੈਲਾਅ 'ਚ ਨਹੀਂ ਆਇਆ ਅਤੇ ਜਿਹੜੇ ਹੋਰ ਵੈਸਟਰਨ ਸਾਜ਼ ਜਾਂ ਦੂਜੇ ਉਹ ਜ਼ਿਆਦਾ ਹੋ ਗਏ ਕਿਉਂਕਿ ਕੀਰਤਨ ਕਰਦਿਆਂ ਵੀ ਸਾਡੇ ਘਰਾਂ ਦੇ ਵਿੱਚ ਆਮ ਹੋਰ ਸਾਜ਼ ਮਿਲ ਜਾਂਦੇ ਆ ਰਬਾਬ ਬਹੁਤ ਦੋਨੋਂ ਜਦੋਂ ਹੁਣ ਮੈਨੂੰ ਮੌਕਾ ਮਿਲਦਾ ਹੈ ਮੈਂ ਵੈਸਟ ਦੇ ਵਿੱਚ ਘੁੰਮਦਾ ਹਾਂ ਸਾਰੀ ਯੂਰਪ ਐਂਡ ਰਸ਼ੀਆ ਤੱਕ ਸਾਰਾ ਜਦੋਂ ਮੈਨੂੰ ਮੇਰਾ ਜਿੱਥੇ ਹੱਥ ਪੈਂਦਾ ਹੈ ਉੱਥੇ ਮੈਂ ਰਬਾਬ ਦੀ ਸਰੰਦੇ ਦੀ ਤਾਊਸ ਦੇ ਰਬਾਬ ਗੁਰੂਆਂ ਦੇ ਸਾਜ਼ਾਂ ਦੀ ਗੱਲ ਕਰਦਾ ਇੱਦਾਂ ਹੀ ਜਦੋਂ 1850 'ਚ ਅਸੀਂ ਵੱਸ ਪਏ ਈਸਟ ਇੰਡੀਆ ਕੰਪਨੀ ਦੇ ਉਹਨਾਂ ਨੇ ਆਪਣੇ ਕਲਚਰ ਦੀ ਗੱਲ ਕਰਨੀ ਆਪਣੇ ਸਾਜ਼ ਵੇਚਣੇ ਸੀ ਕਹਿਣ ਦਾ ਮਤਲਬ ਹਾਂਜੀ ਉਹਨਾਂ ਉਹਨਾਂ ਦਾ ਬਣਦਾ ਵੀ ਹੈ ਦੇਖੋ ਜਦੋਂ ਅਸੀਂ ਆਪਣੀ ਆਜ਼ਾਦੀ ਗਵਾ ਲਈ ਤੇ ਫਿਰ ਗੁਲਾਮੀ 'ਚ ਹੁਣ ਕਹਿੰਦੇ ਕਿ ਨਖਰਾ ਕੀ ਹੁਣ ਤੇ ਸਾਨੂੰ ਉਹੀ ਕਰਨਾ ਪੈਣਾ ਸੀ ਜਿਹੜਾ ਉਹ ਕਹਿੰਦੇ ਸੀ ਸੋ ਉਹਨਾਂ ਆਪਣਾ ਵਾਜਾ ਵੇਚਣਾ ਸੀ ਉਹਨਾਂ ਆਪਣੀ ਫੀਮ ਵੇਚਣੀ ਸੀ ਉਹਨਾਂ ਨੇ ਆਪਣੇ ਡਰੱਗਸ ਵੇਚਣੇ ਸੀ ਉਹਨਾਂ ਵੇਚਿਆ ਤੇ ਉਹਨਾਂ ਇਸ ਤਰੀਕੇ ਨਾਲ ਵੇਚਿਆ ਕਿ ਇੱਕ ਸਰੀਰ ਹੀ ਨਹੀਂ ਸਗੋਂ ਆਉਣ ਵਾਲੀਆਂ ਜਨਰੇਸ਼ਨਸ ਉਹਨਾਂ ਨੇ ਸਾਰੀ ਸੁਰਤ ਤੇ ਕਬਜ਼ਾ ਕਰਨਾ ਹਾਰਮੋਨੀਅਮ ਨਾਲ ਬੰਨਤੇ ਮਿਊਜ਼ੀਕਲ ਕਨਸੈਪਟ ਹੀ ਕੱਢ ਲਿਆ ਉਹਨਾਂ ਰਾਗ ਦਾ ਮਤਲਬ ਕੱਢ ਲਿਆ ਅੱਖਰ ਨਾਲ ਜੋੜਦਾ ਗੁਰਮੁਖੀ ਤੇ ਪੰਜਾਬੀ 'ਚ ਲੜਾਈ ਸ਼ੁਰੂ ਕਰਾਤੀ ਸਾਡੇ ਜਵਾਕਾਂ ਨੂੰ ਸਾਨੂੰ ਖੁਦ ਵੀ ਅਸੀਂ ਬਹੁਤਿਆਂ ਨੇ ਰਬਾਬ ਦੇਖੀ ਨਹੀਂ ਹੋਣੀ ਗੁਰੂ ਸਾਹਿਬ ਕਹਿੰਦੇ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਜਦੋਂ ਜੇ ਤਾਂ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਹੈ ਜੇ ਤੇ ਫਿਰ ਡਰਨ ਵਾਲੀ ਕਿਹੜੀ ਗੱਲ ਔਖਾ ਜ਼ਿੰਦਗੀ 'ਚ ਚੈਪਟਰ ਸੀ ਤਾਂ ਤਾਂ ਗੁਰੂ ਕੋਲ ਗਏ ਜੇ ਅਸੀਂ ਸਿੱਖ ਬਣਨ ਦੀ ਲਲਕ ਰੱਖਦੇ ਹਾਂ ਤੇ ਫਿਰ ਰਬਾਬ ਸਾਡੇ ਮੋਢੇ 'ਤੇ ਆਉਣੀ ਹੀ ਆਉਣੀ ਆਉਣੀ ਪੈਣੀ ਹੈ ਜੇ ਨਾਨਕ ਦੀ ਸਿੱਖੀ ਕਰਨੀ ਹੈ ਜੇ ਗੋਰਿਆਂ ਦਾ ਕੰਮ ਕਰਨਾ ਫਿਰ ਵਾਜੇ ਨਾਲ ਫਿਰ ਬੈਕ ਪਾਰਟ ਲੈ ਕੇ ਬੈਠੇ ਨੂੰ ਕੋਈ ਗੱਲ ਨਹੀਂ ਮੈਂ ਇੱਥੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂ ਕਿ ਸਾਡਾ ਜਿਹੜਾ ਅੱਜ ਮਿਲ ਬੈਠਣ ਦਾ ਮੁੱਖ ਕਾਰਨ ਇਹ ਵੀ ਸੀ ਕਿ ਅਸੀਂ ਚਰਚਾ ਕਰਨੀ ਆ ਇੱਕ ਗੀਤ ਜਿਸਦਾ ਨਾਂ ਹੈ ਰਬਾਬ ਉਸਨੂੰ ਲਿਖਿਆ ਵਿਦਵਾਨ ਸ਼ਾਇਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਤਾਰਾ ਸਿੰਘ ਆਲਮ ਜੀ ਨੇ ਅਤੇ ਉਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਆ ਪ੍ਰੋਫੈਸਰ ਸਿੰਦਰ ਸਿੰਘ ਜੀ ਨੇ ਅਤੇ ਉਸ ਗੀਤ ਦੀ ਜਿਹੜੀ ਵੀਡੀਓ ਆ ਉਹਦਾ ਫਿਲਮਾਂਕਣ ਆ ਉਹਦਾ ਜਿਹੜੀ ਕਲਾ ਕੰਮ ਕੀਤਾ ਉਹ ਕੀਤਾ ਅਮਨਜੋਤ ਜੀ ਨੇ ਮੈਂ ਹੁਣ ਪ੍ਰੋਫੈਸਰ ਸਾਹਿਬ ਤੋਂ ਗੱਲ ਅਮਨਜੋਤ ਜੀ ਵੱਲ ਜਾਂਦਾ ਅਮਨਜੋਤ ਜੀ ਕਿਸੇ ਵੀ ਜਿਹੜਾ ਨਿਭਾਉਣਾ ਕਿਸੇ ਵੀ ਚੀਜ਼ ਨੂੰ ਫਿਲਮਾਂਕਣ ਨੂੰ ਖਾਸ ਤੌਰ 'ਤੇ ਇੱਕ ਗੀਤ ਦੇ ਨੂੰ ਉਹਨੂੰ ਆਪਣੀ ਕਲਾ ਦੇ ਰਾਹੀਂ ਉਸ ਆਵਾਜ਼ ਦੇ ਨਾਲ ਸੁਮੇਲ ਕਰਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਗੀਤ 'ਤੇ ਕਲਾਕਾਰੀ ਕਰਕੇ ਇਹ ਗੀਤ ਬੜਾ ਡਿਫਰੈਂਟ ਅਤੇ ਉੱਚਾ ਗੂੜੇ ਮਹਿਨੇ ਵਾਲਾ ਗੀਤ ਆ ਹਾਂਜੀ ਇਹ ਤੋਂ ਪਹਿਲਾਂ ਵੀ ਮੈਂ ਬਣਾਈਆਂ ਵੀਡੀਓਜ਼ ਅਤੇ ਉਦੋਂ ਕਹਿ ਲਓ ਕਿ ਠੀਕ ਜੀ ਨੇ ਪਰ ਇਹਦੇ 'ਤੇ ਕਾਫੀ ਜ਼ੋਰ ਲੱਗਿਆ ਵਾ ਹਾਂਜੀ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਨਾ ਕਿਉਂਕਿ ਜੇ ਆਪਾਂ ਰਬਾਬ ਨਾਲ ਗੱਲ ਜੋੜਨੀ ਤਾਂ ਰਬਾਬ 'ਤੇ ਜ਼ਿੰਮੇਵਾਰੀ ਬਣਦੀ ਹੈ ਗੀਤ ਤੁਸੀਂ ਸੁਣੋਗੇ ਉਹਦੀ ਵਰਡਿੰਗ ਉਹਦਾ ਮਿਊਜ਼ਿਕ ਉਹਦਾ ਆਵਾਜ਼ ਹਾਂਜੀ ਜਿਵੇਂ ਇਹਨਾਂ ਦੀ ਗਾਇਆ ਹੋਇਆ ਹਾਂਜੀ ਅਤੇ ਉਹ ਕਾਫੀ ਹਾਈ ਲੈਵਲ ਤੇ ਆ ਤੇ ਉਸ ਤਰ੍ਹਾਂ ਦੀ ਹੀ ਵੀਡੀਓ ਚਾਹੀਦੀ ਸੀ ਉਹਨੂੰ ਜ਼ਿੰਮੇਵਾਰੀ ਨਾਲ ਕੰਮ ਕਰ ਗਿਆ ਤੇ ਮੈਨੂੰ ਲੱਗਦਾ ਕਿ ਤੁਸੀਂ ਉਹ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਵੀ ਹੈ ਆਪਣੇ ਆਪ ਨੂੰ ਕਿੰਨਾ ਕੁ ਸੰਤੁਸ਼ਟ ਸਮਝਦੇ ਹੋ ਇਸ ਫਿਲਮ ਤੋਂ ਮੈਂ ਹਾਂਜੀ ਕਾਫੀ ਸੰਤੁਸ਼ਟ ਹਾਂ ਜੀ ਪਰ ਇਹਦਾ ਮੈਂ ਚਾਹੁੰਦਾ ਕਿ ਹਜੇ ਇਹਦਾ ਇੱਕ ਹੋਰ ਵਰਜਨ ਹੋਰ ਹਾਈ ਲੈਵਲ ਤੇ ਬਣਾਵਾਂਗੇ ਕਿਉਂਕਿ ਜਦੋਂ ਤੁਸੀਂ ਇੱਕ ਕਹਿੰਦੇ ਪੌੜੀ ਦੇ 10ਵੇਂ 11ਵੇਂ ਡੰਡੇ ਤੇ ਪਹੁੰਚ ਜਾਂਦੇ ਹੋ ਅਗਲੀ ਵਾਰ ਤੁਹਾਡੇ ਕੋਲ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਹੋਰ ਵਧੀਆ ਢੰਗ ਨਾਲ ਤੇ ਉਹ ਤੋਂ ਉੱਚੇ ਚੜੋ ਹੁਣ ਅੱਗੇ ਜਿਹੜੇ ਆਉਣਗੇ ਤੁਹਾਡੀ ਜ਼ਿੰਮੇਵਾਰੀ ਹੋਰ ਵਧਣੀ ਹੈ ਹਾਂਜੀ 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 ਤੇ ਪ੍ਰੋਫੈਸਰ ਸਾਹਿਬ ਜਿਹੜਾ ਗੀਤ ਰਬਾਬ ਆ ਕੋਈ ਸ਼ੱਕ ਨਹੀਂ ਕਿ ਡਾਕਟਰ ਤਾਰਾ ਸਿੰਘ ਆਲਮ ਜੀ ਦੀ ਕਲਮ ਬਹੁਤ ਹੀ ਸ਼ਾਹਕਾਰ ਗੀਤ ਜਨਮੇ ਆ ਤੇ ਇਸ ਰਬਾਬ ਗੀਤ ਨੂੰ ਲੈ ਕੇ ਤੁਹਾਡਾ ਕੀ ਪ੍ਰਤੀਕਰਮ ਮੈਂ ਇੰਡੀਆ ਦੇ ਟੂਰ ਤੇ ਗਿਆ ਹੋਇਆ ਸੀ ਹਾਂਜੀ
ਆਪਣੇ ਯੂਰੋਪੀਅਨ ਸਟੂਡੈਂਟਸ ਨੂੰ ਲੈ ਕੇ ਅਤੇ ਜਿੱਦਾਂ ਆਪਾਂ ਸਾਰੇ ਦਰਬਾਰ ਸਾਹਿਬ ਜਾਈਦੇ ਨਾ, ਹਾਂਜੀ, ਪ੍ਰਕਰਮਾ ਦੇ ਵਿੱਚ ਮੈਂ ਪ੍ਰਕਰਮਾ ਸ਼ੁਰੂ ਕੀਤੀ ਅਤੇ ਮੋਹਰਿਓਂ ਸਾਡੇ ਜਿਹੜੇ ਬੜੇ ਮਾਨਯੋਗ ਹਸਤੀ ਸੀ ਉਦੋਂ ਦੇ ਜਥੇਦਾਰ, ਹਾਂਜੀ, ਉਹ ਸਾਹਮਣੇ ਉਹ ਆ ਰਹੇ ਸੀ, ਉਹਨਾਂ ਮੈਨੂੰ ਰੋਕ ਲਿਆ ਅਤੇ ਕਹਿੰਦੇ ਸੁਰਿੰਦਰ ਸਿੰਘ ਅੱਜ ਸ਼ਾਮ ਨੂੰ ਕੀਰਤਨ ਤੁਸੀਂ ਕਰਨਾ ਦਰਬਾਰ ਸਾਹਿਬ, ਟਰਸਟ ਮੀ ਇੱਕ ਸਿੱਖ ਲਈ ਨੋਬਲ ਪ੍ਰਾਈਜ਼ ਹੁੰਦਾ ਬਿਲਕੁਲ ਦਰਬਾਰ ਸਾਹਿਬ, ਪਰ ਮੈਂ ਮੇਰੇ ਪੈਰਾਂ 'ਚੋਂ ਜ਼ਮੀਨ ਖਿਸਕ ਗਈ, ਕਿਉਂਕਿ ਮੇਰੇ ਘਰ ਦੋ ਧੀਆਂ ਅਤੇ ਮੈਂ ਕਿਹਾ ਮੈਂ ਆਪਣੇ ਮੈਂ ਕਿੱਦਾਂ ਮੂੰਹ ਲੈ ਕੇ ਐਜ ਏ ਸਿੱਖ ਕਿੱਦਾਂ ਜਾਊਂਗਾ, ਆਪਣੀ ਮਾਂ ਦੇ ਮੂਹਰੇ ਕਿੱਦਾਂ ਜਾਊਂਗਾ, ਭੈਣ ਦੇ ਮੂਹਰੇ ਕਿੱਦਾਂ ਜਾਊਂਗਾ, ਕਿਉਂਕਿ ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਮੈਂ ਕਿਹਾ ਜੀ ਤੁਸੀਂ ਤੁਸੀਂ ਕਹੋ ਤਾਂ ਮੈਂ ਮੇਰੀ ਜਿੱਥੋਂ ਗੱਲ ਹੁੰਦੀ ਮੇਰਾ ਸਿਰ ਵੀ ਹਾਜ਼ਰ ਹੈ ਤੁਹਾਡੇ ਪੈਰਾਂ 'ਚ, ਪਰ ਮੇਰੇ ਨਾਲ ਬਹੁਤੇ ਸਾਰੇ ਜਿਹੜੇ ਮੇਰੇ ਜ਼ਿੰਦੇ ਹੈ ਮੇਰੇ ਨਾਲ ਜਿਹੜੇ ਕੀਰਤਨ ਕਰਨ ਵਾਲੇ ਜੀਵਨ ਵਾਲੇ ਇਹ ਫੀਮੇਲ ਮੇਰੇ ਨਾਲ, ਕਹਿੰਦੇ ਸਾਡੀ ਮਰਿਆਦਾ ਜਿੱਦਾਂ ਇਹ ਇਹ ਸੰਗਤ 'ਚ ਬੈਠ ਜਾਣ ਪਰ ਇਹ ਉੱਥੇ ਬੈਠ ਨਹੀਂ ਸਕਦੇ। ਮੇਰਾ ਕੁਸ਼ਚਨ ਉਹਨਾਂ ਨੂੰ ਸੀ ਕਿਉਂ, ਤਾਂ ਉਹ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਵੀ ਅੜੇਚਾਂ ਨਹੀਂ ਕਰੀਦੀਆਂ ਜ਼ਿਆਦਾ ਤੁਸੀਂ ਜੇ ਨਾ ਸਾਡੀ ਮਰਿਆਦਾ ਹੈ, ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ। ਵਾਪਸ ਆਇਆ ਜਦੋਂ ਮੈਂ ਅਤੇ ਉਹ ਅੰਦਰ ਮੇਰੇ ਘੁਲਦੀ ਗਈ ਗੱਲ, ਡਿਸਟਰਬ ਹੋਇਆ ਮੈਂ ਕਾਫ਼ੀ, ਅਤੇ ਆਲਮ ਜੀ ਨੂੰ ਤਾਰਾ ਸਿੰਘ ਆਲਮ ਮੇਰੇ ਬੜੇ ਅਸੀਜ਼ ਮਿੱਤਰ ਨੇ, ਉਹਨਾਂ ਨੂੰ ਮੈਂ ਆਪਣਾ ਗੱਲ ਕਰਦੇ ਮੈਂ ਦੁੱਖ ਸੁੱਖ ਬੋਲਿਆ, ਕਿਉਂਕਿ ਇੱਕ ਗੱਲ ਜਿੰਨੀ ਮਰਜ਼ੀ ਬੋਲੀ ਜਾਈਏ ਪਰ ਥੋੜ੍ਹੇ ਜੇ 10-15 ਲਾਈਨਾਂ ਦੇ ਵਿੱਚ ਇੱਕ ਵੱਡੀ ਕਿਤਾਬ ਨੂੰ ਇੱਕ ਜਿੱਦਾਂ ਕਹਿੰਦੇ ਕੁਝ ਵਿੱਚ ਸਮੁੰਦਰ ਪਾਉਣਾ ਨਾ, ਜਿਹੜਾ ਉਹ ਇੱਕ ਇੱਕ ਉਹ ਵਰਲਡ ਦੀ ਪੋਲੀਟਿਕਸ ਹੈ ਜਿਹੜੀ, ਤਾਂ ਮੈਂ ਆਲਮ ਜੀ ਨਾਲ ਗੱਲ ਕੀਤੀ, ਮੈਂ ਕਿਹਾ ਵੀ ਹੈਵ ਟੂ ਡੂ ਸਮਥਿੰਗ ਐਟਲੀਸਟ ਤੁਹਾਡੇ ਮੇਰੇ ਲਈ, ਮੇਰੇ ਤੋਂ ਮੇਰਾ ਜੀ ਇੰਨਾ ਭਰਿਆ ਹੋਇਆ ਕਿ ਮੈਂ ਇਹ ਜਿਹੜੀ ਕਰਪਸ਼ਨ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੀ ਧੀ ਤੋਂ ਪੁੱਤ 'ਚ ਫਰਕ ਹੈ, ਹਾਂਜੀ, ਮੇਰਾ ਕਲਚਰ ਇੰਨਾ ਮਤਲਬ ਇੰਨਾ ਸੌੜਾ ਹੋ ਗਿਆ ਕਿ ਅਸੀਂ ਇਹ ਵਖਰੇਵੇਂ, ਜਿੱਥੇ ਸਤਿਗੁਰੂ ਨੇ ਕਿਹਾ ਸੀ ਉਪਦੇਸ਼ ਚੌ ਵਰਣਾ ਕੋ ਸਾਂਝਾ, ਉੱਥੇ ਹੁਣ ਇਹਨਾਂ ਚੌ ਵਰਣਾਂ ਦੇ ਵਿੱਚੋਂ ਇੱਕ ਫੀਮੇਲ ਜਿਹੜੀ ਹੈ, ਹਾਂਜੀ, ਅਤੇ ਮੈਨੂੰ ਉੱਥੇ ਓਨੈਸਟਲੀ ਉੱਥੇ ਬੈਠਿਆ ਮੈਨੂੰ ਮੈਂ ਇਹਨਾਂ ਨਾਲ ਆਲਮ ਜੀ ਨਾਲ ਗੱਲ ਕੀਤੀ, ਮੈਨੂੰ ਲੱਗਿਆ ਰਬਾਬ ਦਰਬਾਰ ਗੁਰੂ ਦਾ ਬਾਣੀ ਗੁਰੂ ਦੀ ਉੱਥੇ ਦਰਬਾਰ ਸਾਹਿਬ 'ਚ ਮੈਨੂੰ ਇੱਦਾਂ ਲੱਗਿਆ, ਅਤੇ ਆਲਮ ਜੀ ਨੇ ਉਹਨਾਂ ਦੇ ਯੂ ਨੋ ਐਜ਼ ਆਲਵੇਜ਼ ਉਹਨਾਂ ਦੇ ਗਾਣੇ ਨੇ ਬੜਾ ਕਮਾਲ ਕੀਤਾ। ਤਾਂ ਇੱਕ ਦਿਨ ਬੈਠੇ ਅਸੀਂ ਸਟੂਡੀਓ 'ਚ, ਮੈਂ ਇੱਕ ਫਿਲਮ ਦਾ ਸਕੋਰ ਕਰ ਰਿਹਾ ਸੀਗਾ ਅਤੇ ਮੈਂ ਕਿਹਾ ਮੈਨੂੰ ਉਹ ਗੱਲ ਜਿਹੜੀ ਉਹਨਾਂ ਦੀ ਬੜੀ ਬੜੀ ਖੂਬਸੂਰਤ ਗੱਲ ਉਹਨਾਂ ਨੇ ਗਾਣੇ 'ਚ ਕਹੀ, ਬਹੁਤ ਖੂਬਸੂਰਤ, ਰਬਾਬ ਆਪਣਾ ਦੁਖੜਾ ਫੋਲ ਰਹੀ, ਇਹ ਦਰਬਾਬ ਅਤੇ ਨਾਨਕ ਜੀ ਵਿਚਕਾਰ ਗੱਲ ਹੋ ਰਹੀ, ਐਂਡ ਉਹ ਜਿਹੜੇ ਅੱਖਰ ਉਹਨਾਂ ਨੇ ਪਰੋਏ ਹੈ ਨਾ, ਉਹਨੂੰ ਫਿਰ ਮੈਂ ਕੋਸ਼ਿਸ਼ ਕੀਤਾ ਉਹਨੂੰ ਉਹਦਾ ਮਿਊਜ਼ਿਕ ਜਿਹੜਾ ਹੈਗਾ ਉਹ ਕਰੀਏ, ਅਤੇ ਉਹ ਪਈ ਰਹੀ ਕਿਉਂਕਿ ਮੇਰਾ ਫੀਲਡ ਨਹੀਂ ਹੈ ਇਹ, ਤਾਂ ਅਸੀਂ ਆਪਣਾ ਭਰਾਵਾਂ ਨੇ ਦੁਖੜਾ ਫੋਲਿਆ ਸੀ, ਮੈਂ ਉਹਨੂੰ ਮਿਊਜ਼ਿਕ ਦਿੱਤਾ, ਜਲਦੀ ਚੀਜ਼ ਸੀ, ਹਾਂਜੀ, ਅਤੇ ਉਹ 8-10 ਸਾਲ ਪਈ ਰਹੀ। ਸੋ ਇੱਕ ਦਿਨ ਉਹਨਾਂ ਵੀਡੀਓ ਕਲਿੱਪ ਪਾਇਆ ਵੀ ਅਮਨਜੋਤ ਜੀ ਆਏ, ਐਂਡ ਅਸੀਂ 12 ਸਾਲ ਹੋ ਗਏ ਸੀ ਰਿਕਾਰਡ ਕੀਤੇ ਨੂੰ, ਇੱਕ ਪਾਸੇ ਪੈ ਸੀ ਜਿੱਦਾਂ ਤੁਹਾਨੂੰ ਦੱਸਿਆ ਹੁੱਕ ਸੀਗੀ ਦਿਲ ਦੀ, ਉਹਨਾਂ ਦਾ ਆਪਣਾ ਬਲਬਲਾ ਸੀ ਮੇਰਾ ਆਪਣਾ ਸੀ, ਅਸੀਂ ਦੋਵਾਂ ਨੇ ਆਪਣੀ ਪੜਾਸ ਕੱਢ ਕੇ ਇੱਕ ਪਾਸੇ ਰੱਖਿਆ ਹੋਇਆ। ਫਿਰ ਜਦੋਂ ਅਮਨਜੋਤ ਜੀ ਆਏ, ਜਿੱਦਾਂ ਕਹਿੰਦੇ ਰਾਈਟ ਟਾਈਮ ਰਾਈਟ ਥਿੰਗ, ਸੋ ਵੀਡੀਓ 'ਤੇ ਗੱਲਬਾਤ ਸ਼ੁਰੂ ਹੋ ਗਈ, ਕੁਛ ਕਰੀਏ, ਕਰੋਨਾ ਦਾ ਕਰਕੇ ਕੋਈ ਜ਼ਿਆਦਾ ਇੱਧਰ ਉੱਧਰ ਭੱਜ ਨੱਠ ਹੈ ਨਹੀਂ ਸੀ, ਸੋ ਇੱਕ ਹਿਮਾਟ ਵੀ ਸੋ ਬਿਊਟੀਫੁਲ, ਆਈ ਹੋਪ ਅਤੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਐਟਲੀਸਟ ਅਸੀਂ ਸ਼ੇਅਰ ਤਾਂ ਕਰ ਸਕੀਏ ਵੀ ਸਾਡੇ ਸਿਸਟਮ 'ਚ ਕਰਪਸ਼ਨ ਹੈਗੀ ਹੈ, ਪ੍ਰੋਬਲਮ ਹੈਗੀ, ਆਪਣੇ ਘਰ 'ਚ ਥੋੜ੍ਹੇ ਜਿਹੇ ਐਡਜਸਟਮੈਂਟ ਕਰਨ ਵਾਲੀ ਹੈ, ਇਟਸ ਨੋਟ ਦ ਐਂਡ ਆਫ ਦ ਸਟੋਰੀ, ਪਰ ਆਪਾਂ ਨੂੰ ਕੁਛ ਕਰਨਾ ਪੈਣਾ। ਸੋ ਇਟਸ ਅ ਬਿਊਟੀਫੁਲ, ਆਈ ਡੋਂਟ ਯੂਜਲੀ ਸਿੰਗ ਸੌਂਗਸ, ਪਰ ਇੰਨਾ ਸੋਹਣਾ ਜੋ ਤੁਸੀਂ ਗਾਇਆ ਉਹ ਗਾਇਆ ਵਿਸ਼ਾਕਾਰ ਆ, ਮੈਂ ਚੀਜ਼ ਦਾ ਗਵਾਹ। ਅਤੇ ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇੱਕ ਕਹਿੰਦੇ ਹੁੰਦੇ ਕਿ ਜ਼ਿੰਦਗੀ ਦੇ ਵਿੱਚ ਬੰਦਾ ਹਰ ਵਕਤ ਹਰ ਪਲ ਸਿੱਖਦਾ, ਉਸਤਾਦ ਹੋ ਕੇ ਵੀ ਸਿੱਖਦਾ ਰਹਿੰਦਾ, ਤੁਸੀਂ ਇੱਕ ਅਧਿਆਪਕ ਹੋ, ਗੁਰੂ ਹੋ, ਉਸਤਾਦ ਹੋ, ਜਿਹੜੇ ਸਿਖਾਂਦਰੂ ਆ, ਜਿਹੜੇ ਅਜੇ ਸਿੱਖ ਵੀ ਰਹੇ ਆ ਅਤੇ ਜਾਂ ਸਿੱਖਣ ਦੀ ਸੋਚ ਰਹੇ ਆ, ਉਹਨਾਂ ਨੂੰ ਕੀ ਸੁਨੇਹਾ ਦਿਓਗੇ ਆਪਣੇ ਵੱਲੋਂ, ਖਾਸ ਤੌਰ 'ਤੇ ਰਬਾਬ ਨਾਲ ਸੰਬੰਧਿਤ? ਦੇਖੋ, ਰਬਾਬ ਜਿਹੜੀ ਆ ਉਹ ਸਾਊਂਡ ਦੇ ਨਾਲ ਜੁੜੀ ਹੋਈ ਹੈ, ਸਾਊਂਡ ਹੀ ਹੈ ਜਿਹੜਾ ਮਿਊਜ਼ਿਕ ਬਣਾਉਂਦਾ। ਸੋ ਜਿੰਨੀ ਦੇਰ ਅਸੀਂ ਆਪਣੇ ਬੱਚਿਆਂ ਨੂੰ ਮਿਊਜ਼ਿਕ ਤੋਂ ਉੱਪਰ ਨਹੀਂ ਚੱਕਾਂਗੇ,
नानक जी ने म्यूजिक नाल नहीं जोड़िया, नानक जी ने उहदे पर्पस नाल जोड़िया। सो सानूं इह गल समझणी होएगी कि ऐसे सिख सानूं आसा दा की मतलब है, तुखारी दा की, वढांस दा की मतलब है, रबाब दा रोल की है मेरी जिंदगी। देखो ਤੁਸੀਂ ਡਾਕਟਰ ਬਣ ਜਾਓ, ਤੁਸੀਂ ਵਕੀਲ ਬਣ ਜਾਓ, ਤੁਸੀਂ ਇੰਜੀਨੀਅਰ ਬਣ ਜਾਓ, ਪੈਸੇ ਕਮਾ ਲਓਗੇ, ਪਰ ਸਟ੍ਰੈਸ ਨਾਲ ਕਿੱਦਾਂ ਡੀਲ ਕਰੋਗੇ? ਉਹ ਨਾਨਕ ਜੀ ਸਿਖਾਉਂਦੇ ਜੇ ਜ਼ਿੰਦਗੀ ਜਿਉਣੀ ਹੈ ਐਨ ਲੈਵਿਸ਼ ਇੱਕ ਇੱਕ ਫੁੱਲ ਔਨ, ਤੇ ਫਿਰ ਰਬਾਬ ਤੋਂ ਬਗੈਰ ਪੈਡਲ ਨਹੀਂ ਹੋਣੀ। ਰਬਾਬ ਦਾ ਰਾਹ ਕਿੱਥੋਂ ਤੱਕ ਤੁਸੀਂ ਸਮਝਦੇ ਹੋ, ਰਬਾਬ ਦੀ ਤਾਰਾਂ ਤੋਂ ਸਫ਼ਰ ਕਿੱਧਰ ਹੋ ਜਾਂਦਾ? ਰਕਾਬ ਤੱਕ, ਫਿਰ ਨਵਾਬ ਤੱਕ। बच्चे हो जुगे, घर हो जुगा, कहिंदा फिर की होगा? कहिंदा आराम नाल, कहिंदा मैं आराम नाल ही ते जी। एक माइंड सैट है ना, साडी फिलोसफी कुछ होर है। साडी फिलोसफी है जिहड़ी अंदर दी कन्फिगरेशन, सोचना किदां ਤਾਂ ਜੋ ਅਸੀਂ ਵਧੀਆ ਕਰ ਸਕੀਏ। ਸੋ ਉਹਦੇ ਲਈ ਗੁਰੂ ਨਾਨਕ ਸਾਹਿਬ ਨੇ ਇੱਕ ਘਾੜ ਤਕੜੀ ਇੱਕ ਪ੍ਰੋਗਰਾਮ ਦਿੱਤਾ ਕੀਰਤਨ, ਅਤੇ ਰਬਾਬ ਉਹ ਪੈੱਨ ਹੈ ਜਿਹੜੀ ਤਕਦੀਰ ਲਿਖਦੀ ਹੈ। ਹਾਂਜੀ, ਸੋ ਆਪਾਂ ਆਪਣੇ ਬੱਚਿਆਂ ਨੂੰ ਡਰਾਈਏ ਨਾ, ਗੁਰੂ ਨਾਲ ਜੋੜਨਾ ਤਾਂ ਉਹਨਾਂ ਨੂੰ ਉੱਦਾਂ ਹੀ ਜੋੜੀਏ। ਮੈਂ ਇਹ ਵਾਰ ਵਾਰ ਗੱਲ ਕਹਿੰਦਾ, ਗੁਰੂਆਂ ਨੇ ਸਾਜ ਬਣਾਏ, ਕੋਈ ਪਰਪਸ ਸੀ ਉਹਦਾ, ਕੋਈ ਮਤਲਬ ਸੀ। ਜੇ ਗੁਰੂਆਂ ਨਾਲ ਬਹਿਣਾ ਹੈ, ਉਹਨਾਂ ਨਾਲ ਸੰਗਤ ਕਰਨੀ, ਬੰਦਸ਼ ਚੋਂ ਕੱਢਣ ਲਈ ਬਣਾਇਆ, ਨਾ ਕਿ ਬੰਦਸ਼ਾਂ ਚ ਬੱਝਣ ਲਈ। ਸੋ ਅਸੀਂ ਜ਼ਰੂਰ ਜੁੜੀਏ। ਅਸੀਂ ਇੰਨਾ ਔਖਾ ਨਹੀਂ, ਅੱਜ ਕੱਲ੍ਹ ਤੁਹਾਡੇ ਫੋਨ 'ਤੇ ਅਵੇਲੇਬਲ ਹੈ ਸਾਰਾ ਕੁਛ। ਹਾਂਜੀ, ਸੋ ਵੇਅਰ ਐਵਰ ਯੂ ਆਰ, ਜੇ ਮੈਂ ਮੋਸਕੋ ਤੱਕ, ਫਿਨਲੈਂਡ ਦੇ ਕੋਣਿਆਂ ਤੱਕ, ਜੇ ਇਸਟੋਨੀਆ ਦੇ ਜੰਗਲਾਂ ਤੱਕ ਅਸੀਂ ਉੱਪਰ ਸਕਦੇ ਹਾਂ, ਅਤੇ ਯੂ ਨੋ ਆਪਣੇ ਨਿਆਣੇ ਜਿਹੜੇ ਆਪਣੇ ਪਰਿਵਾਰਾਂ 'ਚ ਅਸੀਂ ਕਰ ਸਕਦੇ। ਹਾਂਜੀ, ਪਰ ਗੱਲ ਇੱਦਾਂ ਹੈ ਨਾ ਕਿ ਕਹਿੰਦੇ ਕਿ ਜੇ ਲੋੜ ਨਹੀਂ, ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਨਹੀਂ ਪੁੱਛਣਾ, ਜੇ ਸਾਨੂੰ ਨਾਨਕ ਜੀ ਨਾਲ ਕੋਈ ਵਾਸਤਾ ਨਹੀਂ, ਫਿਰ ਆਪਾਂ ਆਪਣੀ ਮਰਜ਼ੀ ਕਰਨੀ, ਫਿਰ ਢੋਲ ਤੂੰਬੀ ਲਗੋ ਜੇ, ਫਿਰ ਭੰਗੜਾ ਤੇ ਯੂ ਨੋ ਠੀਕ ਹੈ, ਫਿਰ ਲੁੱਡੀਆਂ। ਪਰ ਜੇ ਜ਼ਿੰਦਗੀ ਨੂੰ ਹੰਢਾਉਣਾ, ਜੇ ਨਾਨਕ ਜੀ ਨਾਲ ਕੋਈ ਵਾਸਤਾ ਪਾਉਣਾ, ਜੇ ਗੁਰੂ ਦੁਆਰਾ ਕੋਈ ਜ਼ਿੰਦਗੀ 'ਚ ਲੋ ਕਰਨੀ ਹੈ, ਕੋਈ ਕਾਮਯਾਬ ਹੋਣਾ, ਤਾਂ ਫਿਰ ਸਾਨੂੰ ਰਬਾਬ ਤੋਂ, ਤਾਊਸ ਤੋਂ, ਦਿਲ ਰੁਪਾ ਸਰੰਦੇ ਤੋਂ ਡਰਨਾ ਨਹੀਂ, ਅਤੇ ਆਪਾਂ ਇਹਨੂੰ ਯੂਜ਼ ਕਰ ਲੈਣਾ। ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੋਫੈਸਰ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ, ਅਤੇ ਨਾਲ ਅਮਨਜੋਤ ਸਿੰਘ ਜੀ। ਅਸੀਂ ਇਹਨਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਪਹਿਲਾਂ ਦਾ ਧੰਨਵਾਦ ਕਰਦੇ ਹਾਂ, ਅਤੇ ਆਪ ਸਭ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਹ ਗੱਲਬਾਤ ਕਿਵੇਂ ਲੱਗੀ, ਆਪਣੇ ਵਿਚਾਰ ਜ਼ਰੂਰ ਦਿਓ, ਕਿਉਂਕਿ ਅਸੀਂ ਜੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਤਾਂ ਹੋ ਸਕਦਾ ਕਿ ਸਾਨੂੰ ਤੁਹਾਡੇ ਕੋਲੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲੇ। ਅਤੇ ਅੱਜ ਦੇ ਇਸ ਗੱਲਬਾਤ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ, ਫਿਰ ਮਿਲਾਂਗੇ, ਧੰਨਵਾਦ। ਹਿੰਮਤ ਸੱਚ ਲਿਖਣ, ਬੋਲਣ ਤੇ ਸੁਣਨ ਦੀ।